ਰਿਸ਼ਤਿਆਂ ਵਿੱਚ ਪਈਆਂ ਕੁਝ ਗੰਢਾਂ ਰੇਸ਼ਮ ਵਾਂਗ ਹੁੰਦੀਆਂ ਨੇ। ਇੱਕ ਪਿਆਰੀ ਜਿਹੀ ਕੋਸ਼ਿਸ਼ ਉਹਨਾਂ ਨੂੰ ਆਸਾਨੀ ਨਾਲ ਖੋਲ੍ਹ ਸਕਦੀ ਆ। ਜ਼ਿੰਦਗੀ ਦੀਆਂ ਕੁਝ ਰਾਹਾਂ 'ਤੇ ਤੁਹਾਨੂੰ ਇਕੱਲੇ ਹੀ ਤੁਰਨਾ ਪੈਂਦਾ ਹੈ। ਤੁਹਾਨੂੰ ਮੱਖਣ ਲਾਉਣ ਵਾਲਾ ਹੀ ਇੱਕ ਦਿਨ ਸਭ ਤੋਂ ਵੱਧ ਚੂਨਾ ਲਾਊਗਾ। ਚੰਗੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਣ ਦਾ ਹੁਨਰ ਸਿੱਖ ਲਓ। ਬੈਠ ਜਾਂਦਾ ਹਾਂ ਮਿੱਟੀ 'ਤੇ ਅਕਸਰ, ਕਿਉਂਕਿ ਮੈਨੂੰ ਆਪਣੀ ਔਕਾਤ ਚੰਗੀ ਲੱਗਦੀ ਹੈ। ਇਹ ਨਹੀਂ ਹੈ ਕਿ ਮੇਰੇ ਵਿੱਚ ਕੋਈ ਬੁਰਾਈ ਨਹੀਂ ਹੈ, ਪਰ ਹਾਂ, ਮੇਰੇ ਵਿੱਚ ਕੋਈ ਫਰੇਬ ਵੀ ਨਹੀਂ ਹੈ। ਕੁਦਰਤ ਆਪਾਂ ਨੂੰ ਬਹੁਤ ਕੁਝ ਸਿਖਾ ਸਕਦੀ ਆ, ਪਰ ਜੇ ਅਸੀਂ ਆਪਣਾ ਰਹਿਣ ਸਹਿਣ ਦਾ ਤਰੀਕਾ ਬਦਲ ਲਵਾਂਗੇ। ਕਹਿ ਦਿੰਦੇ ਨੇ ਮੰਗਲਵਾਰ ਨੂੰ ਸਿਰ ਨਹੀਂ ਧੋਣਾ, ਵੀਰਵਾਰ ਨੂੰ ਕੱਪੜੇ ਨਹੀਂ ਧੋਣੇ ਅਤੇ ਵਾਲ ਨਹੀਂ ਕਟਵਾਉਣੇ, ਸ਼ਨੀਵਾਰ ਨੂੰ ਨਹੁੰ ਨਹੀਂ ਕੱਟਣੇ। ਪਰ ਗੱਲ ਇਹ ਹੈ ਕਿ ਦਿਨ ਕੋਈ ਵੀ ਮਾੜਾ ਨਹੀਂ ਹੁੰਦਾ, ਬਸ ਬੰਦੇ ਦੀ ਸੋਚ ਮਾੜੀ ਹੋ ਜਾਂਦੀ ਆ। ਗੁੱਸੇਖੋਰ ਲੋਕਾਂ ਨਾਲ ਨਰਮ ਰਹੋ, ਉਹਨਾਂ ਨੂੰ ਪਿਆਰ ਦੀ ਜ਼ਰੂਰਤ ਜ਼ਿਆਦਾ ਹੈ। ਚੰਗੇ ਕਰਮ ਬੂੜ ਦੀ ਛਾਂ ਵਰਗੇ ਹੁੰਦੇ ਨੇ, ਅੰਤ ਸਮੇਂ ਨਰਕਾਂ ਦੀ ਅੱਗ ਤੋਂ ਬਚਾ ਲੈਂਦੇ ਨੇ। ਜਦੋਂ ਕੋਈ ਚੀਜ਼ ਵਿਖਰਦੀ ਹੈ ਤਾਂ ਕੁਝ ਦੇ ਕੇ ਜਾਂਦੀ ਹੈ, ਬੱਦਲ ਵਿਖਰਦੇ ਨੇ ਤਾਂ ਮੀਂਹ ਪੈਂਦਾ ਹੈ, ਮਿੱਟੀ ਵਿਖਰਦੀ ਹੈ ਤਾਂ ਖੇਤ ਬਣਦੇ ਨੇ। ਇਸ ਲਈ ਜੇ ਤੁਸੀਂ ਆਪਣੇ ਆਪ ਨੂੰ ਵਿਖਰਿਆ ਹੋਇਆ ਮਹਿਸੂਸ ਕਰੋ ਤਾਂ ਘਬਰਾਇਓ ਨਾ, ਵਾਹਿਗੁਰੂ ਜ਼ਰੂਰ ਤੁਹਾਡੇ ਨਾਲ ਕੁਝ ਚੰਗਾ ਕਰਨ ਵਾਲਾ ਹੈ। ਸੱਸਾਂ ਮਾਵਾਂ ਬਣ ਜਾਣ ਅਤੇ ਨੂੰਹਾਂ ਧੀਆਂ ਤਾਂ ਹਰ ਘਰ ਵਿੱਚ ਖੁਸ਼ੀਆਂ ਹੋਣਗੀਆਂ। ਕੋਈ ਜਾਦੂ ਟੂਣਾ ਮੈਨੂੰ ਨਹੀਂ ਆਉਂਦਾ, ਬਸ ਗੱਲਾਂ ਹੀ ਦਿਲ ਤੋਂ ਕਹਿ ਜਾਂਦਾ। ਮੇਰੇ ਲਫਜ਼ਾਂ ਵਿੱਚ ਮੇਰਾ ਕਿਰਦਾਰ ਨਾ ਲੱਭੋ, ਹਕੀਕਤ ਸੁਣ ਕੇ ਰੂਹ ਕੰਬ ਜਾਵੇਗੀ। ਪੱਥਰਾਂ ਦੀਆਂ ਮੂਰਤਾਂ ਤਰਾਸ਼ਦੇ ਰਹੇ ਅਤੇ ਪੂਜਦੇ ਰਹੇ, ਇੰਨਾ ਆਪਣੇ ਆਪ ਨੂੰ ਤਰਾਸ਼ਦੇ ਤਾਂ ਰੱਬ ਮਿਲ ਜਾਣਾ ਸੀ। ਜ਼ਿੰਦਗੀ ਬਹੁਤ ਛੋਟੀ ਹੈ, ਇਸ ਦਾ ਆਨੰਦ ਲਓ ਉਹਨਾਂ ਦੇ ਨਾਲ ਜੋ ਤੁਹਾਨੂੰ ਖੁਸ਼ੀ ਦੇ ਸਕਦੇ ਨੇ। ਮੈਂ ਮਾਂ ਦੀ ਬਣਾਈ ਸਬਜ਼ੀ 'ਚ ਨੁਕਸ ਕੱਢ ਰਿਹਾ ਸੀ ਅਤੇ ਕੋਈ ਖੁਦਾ ਤੋਂ ਸੁੱਕੀ ਰੋਟੀ ਲਈ ਫਰਿਆਦ ਕਰ ਰਿਹਾ ਸੀ। ਗੁਲਾਬਾਂ ਦਾ ਸ਼ਹਿਰ ਹੈ ਦੁਨੀਆ, ਖੁਸ਼ਬੂ ਦੇ ਨਾਲ ਨਾਲ ਕੰਢੇ ਵੀ ਮਿਲਣਗੇ। ਜ਼ਿੰਦਗੀ ਦੇ ਸੰਘਰਸ਼ ਤੁਹਾਨੂੰ ਹੋਰ ਵੀ ਖੂਬਸੂਰਤ ਬਣਾ ਦਿੰਦੇ ਨੇ। ਬੁਰੇ ਸਮੇਂ ਦਾ ਧੰਨਵਾਦ ਕਰਨਾ ਸਿੱਖ ਜਾਓ। ਜੇ ਤੁਹਾਡੇ ਕੋਲ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਉਸਦੀ ਜ਼ਰੂਰਤ ਹੋਵੇ। ਹਰ ਉਹ ਬੰਦਾ ਚੁੱਪ ਹੋ ਜਾਂਦਾ ਜਦੋਂ ਗੁਨਾਹ ਉਸਦਾ ਹੋਵੇ, ਪਰ ਰੌਲਾ ਬਹੁਤ ਪੈਂਦਾ ਜਦੋਂ ਗੁਨਾਹ ਕਿਸੇ ਦੂਜੇ ਦਾ ਹੋਵੇ। ਜੀਵਨ 'ਚ ਸਫਲ ਹੋਣਾ ਚਾਹੁੰਦੇ ਹੋ ਤਾਂ ਇਹ ਦੋ ਚੀਜ਼ਾਂ ਜ਼ਰੂਰੀ ਨੇ, ਇੱਕ ਸਹਿਣ ਦੀ ਤਾਕਤ ਅਤੇ ਦੂਜਾ ਸੋਚਣ ਸਮਝਣ ਦੀ ਤਾਕਤ। ਸੁਰਮੇ ਦੇ ਵਾਂਗੂ ਪਿਸਿਆ ਹਾਂ ਚੰਗੇ ਮਾੜੇ ਹਾਲਾਤਾਂ ਦੇ ਵਿੱਚ, ਤਾਂ ਜਾ ਕੇ ਲੋਕਾਂ ਦੀਆਂ ਅੱਖਾਂ 'ਚ ਪਏ ਹਾਂ। ਜ਼ੁਬਾਨ ਦੇ ਬੋਲ ਇੱਕ ਤਿੱਖੇ ਚਾਕੂ ਦੀ ਤਰ੍ਹਾਂ ਹੁੰਦੇ ਨੇ, ਜਿਹੜੇ ਬਿਨਾਂ ਖੂਨ ਵਹਾਏ ਚੀਰ ਜਾਂਦੇ ਨੇ। ਕਹਿਣ ਨੂੰ ਤਾਂ ਜ਼ਮਾਨਾ ਬਹੁਤ ਬਦਲ ਗਿਆ ਹੈ, ਪਰ ਕੁੜੀ ਮੁੰਡੇ 'ਚ ਫਰਕ ਹਜੇ ਵੀ ਸਮਝਿਆ ਜਾਂਦਾ ਹੈ। ਸਬਰ ਰੱਖੋ ਰੱਬ ਦੇ ਬੰਦੇ, ਇਹ ਬੁਰਾ ਵਕਤ ਵੀ ਇੱਕ ਦਿਨ ਗੁਜ਼ਰ ਜਾਏਗਾ। ਜ਼ਰੂਰਤ ਤੋਂ ਜ਼ਿਆਦਾ ਚੰਗੇ ਬਣ ਜਾਣ 'ਚ ਬੁਰਾਈ ਨਹੀਂ ਹੈ, ਪਰ ਦੂਜੇ ਤੁਹਾਡਾ ਫਾਇਦਾ ਨਾ ਚੱਕ ਲੈਣ, ਇਸ ਗੱਲ ਦਾ ਵੀ ਧਿਆਨ ਰੱਖੋ। ਰੱਬ ਤੋਂ ਲੱਖਾਂ ਕਰੋੜਾਂ ਦੀ ਚਾਹਤ ਰੱਖਣ ਵਾਲੇ ਮੰਦਿਰਾਂ ਗੁਰਦੁਆਰਿਆਂ 'ਚ ਜਾ ਕੇ ਇੱਕ ਜਾਂ ਦੋ ਰੁਪਏ ਦਾ ਸਿੱਕਾ ਲੱਭਦੇ ਨੇ। ਵਾਹਿਗੁਰੂ ਪੈਸੇ ਦਾ ਨਹੀਂ, ਸ਼ਰਧਾ ਦਾ ਭੁੱਖਾ ਹੈ। ਆਪਣੀਆਂ ਕਮੀਆਂ ਕੱਢਦੇ ਹੋਏ ਤਾਂ ਡਰ ਮਹਿਸੂਸ ਕਰਦੇ ਹਾਂ, ਦੂਜਿਆਂ ਦੀ ਕਮੀ ਕੱਢਣੀ ਹੋਵੇ ਤਾਂ ਅਸੀਂ ਮਾਹਿਰ ਬਣ ਜਾਂਦੇ ਹਾਂ। Thank you.